ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ। ਚਲੋ ਜੀ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ, ਜਿਹਦੇ ਲਈ ਆਪਾਂ ਨੇ ਆਹ 3 ਬਣਾਨੇ ਲੈ ਲਏ, ਬਿਸਕੁਟਾਂ ਦੀ ਡੱਬੀ, ਚੋਕਲੇਟ, ਕਾਜੂ, ਬਦਾਮ। ਇਹਨਾਂ ਨੂੰ, ਕਾਜੂ ਅਤੇ ਬਦਾਮਾਂ ਨੂੰ ਆਪਾਂ ਪੀਸ ਲੈਂਦੇ ਹਾਂ। ਇਹਨਾਂ ਨੂੰ ਆਪਾਂ ਦੜਦੜੇ ਜੇ ਕਰ ਲਵਾਂਗੇ। ਲਓ ਜੀ ਬਦਾਮ ਆਪਣੇ ਚੰਗੀ ਤਰ੍ਹਾਂ ਪਿਸ ਗਏ, ਇਹਨਾਂ ਨੂੰ ਆਪਾਂ ਥੋੜ੍ਹੇ ਜਿਹੇ ਵਿੱਚੋਂ ਕੱਢ ਲੈਂਦੇ ਹਾਂ। ਕੁਛ ਇੱਧਰ ਆਪਾਂ ਨੇ ਕੱਟ ਲਏ, ਕੱਟ ਕੇ ਰੱਖ ਲਏ, ਇਹਦੇ ਵਿੱਚ ਮਿਕਸ ਕਰਤੇ। ਹੁਣ ਆਪਾਂ ਕੇਲਿਆਂ ਨੂੰ ਛਿੱਲ ਲੈਂਦੇ ਹਾਂ। ਕੇਲਿਆਂ ਨੂੰ ਛਿੱਲ ਕੇ ਆਪਾਂ ਜਾਰ ਦੇ ਵਿੱਚ ਪਾ ਲੈਂਦੇ ਹਾਂ। ਕੇਲੇ ਆਪਣੇ ਜ਼ਿਆਦਾ ਵੱਡੇ ਨੇ ਜੀ। ਤਿੰਨੇ ਕੇਲਿਆਂ ਨੂੰ ਆਪਾਂ ਛਿੱਲ ਲੈਂਦੇ ਹਾਂ, ਕੱਟ ਲੈਂਦੇ ਹਾਂ, ਕੱਟ ਕੇ ਜਾਰ ਦੇ ਵਿੱਚ ਪਾ ਲੈਂਦੇ ਹਾਂ। ਜੀ ਥੋੜ੍ਹੀ ਜਿਹੀ ਆਪਾਂ ਚੀਨੀ ਐਡ ਕਰ ਲੈਂਦੇ ਹਾਂ, ਚੀਨੀ ਦਾ ਚਮਚ ਐਡ ਕਰ ਲੈਂਦੇ ਹਾਂ। ਹੁਣ ਇਹਦੇ ਵਿੱਚ ਆਪਾਂ ਕਰਦੇ ਹਾਂ ਦੁੱਧ ਐਡ। ਦੁੱਧ ਪਾ ਲੈਂਦੇ ਆਪਾਂ। ਲਓ ਜੀ ਆਪਾਂ ਹੁਣ ਇਹਨੂੰ ਗ੍ਰੈਂਡ ਕਰ ਲੈਂਦੇ ਹਾਂ, ਲੋੜ ਹੋਊ ਤਾਂ ਆਪਾਂ ਦੁਬਾਰਾ ਹੋਰ ਪਾ ਲਵਾਂਗੇ ਦੁੱਧ। ਲਓ ਜੀ ਆਪਾਂ ਨੇ ਚੰਗੀ ਤਰ੍ਹਾਂ ਗ੍ਰੈਂਡ ਕਰ ਲਿਆ, ਦੇਖੋ ਵਿੱਚ ਰਹਿ ਗਿਆ ਥੋੜ੍ਹਾ ਥੋੜ੍ਹਾ, ਉਹਨੂੰ ਆਪਾਂ ਦੁਬਾਰੇ ਵਿੱਚੋਂ ਕੱਢ ਲਵਾਂਗੇ। ਇੱਕ ਵਾਰ ਹੋਰ ਪੀਸ ਲੈਂਦੇ ਹਾਂ। ਦੁਬਾਰਾ ਪੀਸ ਲੈਂਦੇ ਹਾਂ ਕਿਹੜਾ। ਲਓ ਜੀ ਆਪਾਂ ਨੇ ਦੁਬਾਰੇ ਪੀਸ ਲਿਆ, ਦੁਬਾਰੇ ਗ੍ਰੈਂਡ ਕਰ ਲਿਆ। ਹੁਣ ਆਪਾਂ ਨੇ ਇੱਧਰ ਲੈ ਲਈ ਪਲੇਟ, ਇਹਦੇ ਵਿੱਚ ਆਪਾਂ ਧਰਦੇ ਹਾਂ ਗਲਾਸ। ਹੁਣ ਆਪਾਂ ਨੇ ਜਿਹੜਾ ਆਹ ਬਨਾਨਾ ਸ਼ੇਕ ਬਣਾਇਆ ਇਹਨੂੰ ਵਿੱਚ ਪਾ ਲੈਂਦੇ ਹਾਂ। ਇੱਕ ਚੋਕਲੇਟੀ ਬਿਸਟ ਬਿਸਕਿਟ ਇੱਕ ਇੱਕ ਆਪਾਂ ਪਾ ਲੈਂਦੇ ਹਾਂ ਚੋਕਲੇਟ।
ਅਤੇ ਜਿਹੜੇ ਆ ਕਾਜੂ ਬਦਾਮ ਕੱਟੇ ਦੇ, ਇੱਕ ਗਲਾਸ 'ਚ ਪਾਵਾਂਗੇ। ਇੱਕ ਬੰਦਾ ਆਪਣਾ ਪੀਂਦਾ ਨਹੀਂ ਕਾਜੂ ਬਦਾਮਾਂ ਨੂੰ, ਦੂਜੇ 'ਚ ਨਹੀਂ ਪਾਵਾਂਗੇ। ਲਓ ਜੀ, ਆਪਣਾ ਬਨਾਨਾ ਸ਼ੇਕ ਬਣ ਕੇ ਤਿਆਰ ਆ। ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੀ, ਬਹੁਤ ਵਧੀਆ ਟੇਸਟੀ ਬਣਦਾ ਹੈ, ਬਹੁਤ ਵਧੀਆ ਲੱਗਦਾ ਟੇਸਟ ਆ। ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।